ਅੱਜ ਦੀ ਖਾਸ ਸ਼ਖਸੀਅਤ ਦੇ ਨਾਲ ਮਿਲਵਾਉਂਗੀ ਜਿਨ੍ਹਾਂ ਦਾ ਨਾਮ ਮੈਂ ਦੱਸ ਚੁੱਕੀ ਹਾਂ ਰਘੁਵੀਰ ਯਾਦਵ ਇੱਕ ਬਹੁਤ ਹੀ ਚੰਗੇ ਇੰਸਟਰੂਮੈਂਟਲਿਸਟ ਵੀ ਨੇ ਮਿਊਜ਼ੀਸ਼ੀਅਨ ਵੀ ਨੇ ਗਾਉਂਦੇ ਵੀ ਨੇ ਅਤੇ ਫਿਲਮਾਂ ਦੇ ਵਿੱਚ ਵੀ ਅਸੀਂ ਇਹਨਾਂ ਨੂੰ ਦੇਖਿਆ ਐਂਡ ਆਲਸੋ ਇਹ ਥੀਏਟਰ ਵੀ ਭਰਪੂਰ ਤਰੀਕੇ ਦੇ ਨਾਲ ਕਰਦੇ ਨੇ ਸੋ ਜੀ ਰਘੁਵੀਰ ਯਾਦਵ ਜੀ ਇੱਕ ਵਰਸਟਾਈਲ ਪਰਸਨੈਲਿਟੀ ਨੇ ਅਤੇ ਅੱਜ ਦੀ ਇਸ ਇੰਟਰਵਿਊ ਦੇ ਵਿੱਚ ਅਸੀਂ ਦੇਖਾਂਗੇ ਉਹਨਾਂ ਦੇ ਇਸ ਵਰਸਟਾਈਲ ਪਰਸਨੈਲਿਟੀ ਦੇ ਹੋਰ ਵੀ ਬਹੁਤ ਸਾਰੇ ਐਸਪੈਕਟਸ ਆਓ ਫਿਰ ਕਰਦੇ ਹਾਂ ਮੁਲਾਕਾਤ ਰਘੁਵੀਰ ਯਾਦਵ ਜੀ ਦੇ ਨਾਲ ਬਾਗ ਜਗੇ ਇਸ ਆਂਗਨ ਕੇ ਆਪਣੇ ਬਿਆ ਕੇ ਬਲੀ ਬਲੀ ਜਾਂ ਬਾਗ ਜਗੇ ਇਸ ਬਿਰਹਨ ਕੇ ਰੇ ਸਖੀ ਮੋਰ ਪਿਆ ਘਰ ਆਰੀ ਬਹੁਤ ਬਹੁਤ ਸ਼ੁਕਰੀਆ ਜੀ ਬਹੁਤ ਬਹੁਤ ਸ਼ੁਕਰੀਆ ਜੀ ਸ਼ੁਕਰੀਆ ਇਸ ਲਈ ਕਿ ਕਲਾ ਨੂੰ ਜ਼ਿੰਦਾ ਰੱਖਣ ਲਈ ਸ਼ੁਕਰੀਆ ਸਾਦਗੀ ਨੂੰ ਜ਼ਿੰਦਾ ਰੱਖਣ ਲਈ ਅਤੇ ਦਿਲੋਂ ਤਹਿ ਦਿਲੋਂ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਰ ਜਿਵੇਂ ਮਦਮਸਤ ਹੋ ਕੇ ਜਿਵੇਂ ਜਿਸ ਮਾਹੌਲ ਦੇ ਵਿੱਚ ਸੁਧਬੁੱਧ ਖੋ ਕੇ ਗਾਣਾ ਅਤੇ ਸੁਧਬੁੱਧ ਖੋ ਕੇ ਅਦਾਕਾਰੀ ਕਰਨਾ ਉਹ ਆਪਣੇ ਆਪ ਵਿੱਚ ਇੱਕ ਕਲਾਕਾਰ ਲਈ ਕਿੰਨਾ ਜ਼ਰੂਰੀ ਹੈ ਕਬੀਰ ਕਾ ਇੱਕ ਦੋਹਾ ਹੈ ਕਿ ਕਬੀਰਾ ਦਰਿਆ ਪ੍ਰੇਮ ਕਾ ਐਸੀ ਇਸਕੀ ਧਾਰ ਜੋ ਡੂਬਾ ਜੋ ਉਤਰਾ ਵੋ ਡੂਬ ਗਿਆ ਜੋ ਡੂਬਾ ਸੋ ਪਾਰ ਪਾਰ ਤੋ ਡੂਬਣਾ ਪੜਤਾ ਹੈ ਔਰ ਡੂਬਣੇ ਮੇਂ ਜੋ ਮਜ਼ਾ ਹੈ ਵੋ ਕਹੀਂ ਨਹੀਂ ਐਕਟਰ ਕਾ ਜੋ ਪੇਸ਼ਾ ਹੈ ਮੈਨੇ ਅਖਤਿਆਰ ਕੀਆ ਹੈ ਤੋ ਉਸ ਪੇਸ਼ੇ ਮੇਂ ਯਹੀ ਹੈ ਕਿ ਇਸ ਪੇਸ਼ੇ ਕਾ ਮਜ਼ਾ ਯਹੀ ਹੈ ਕਿ ਆਪ ਡੂਬ ਰਹੀਏ ਆਪ ਦੁਨੀਆ ਸੇ ਸੀਖਤੇ ਰਹੀਏ ਲੋਗੋ ਸੇ ਸੀਖਤੇ ਰਹੀਏ ਜ਼ਮੀਨ ਸੇ ਸੀਖਤੇ ਰਹੀਏ ਮਿਊਜ਼ਿਕ ਸੇ ਸੀਖਤੇ ਰਹੀਏ ਪੇਂਟਿੰਗ ਸੇ ਸੀਖਤੇ ਰਹੀਏ ਕਲਾ ਸੇ ਸੀਖਤੇ ਰਹੀਏ ਬਸ ਸੀਖਣਾ ਹੀ ਸੀਖਣਾ ਹੈ ਬਾਕੀ ਕਰਨਾ ਤੋ ਬਹੁਤ ਬਾਤ ਕੀ ਬਾਤ ਹੈ ਤੋ ਬਸ ਸੀਖਤਾ ਰਹਿਤਾ ਹੂੰ ਕਿਆ ਕੀਆ ਵੋ ਤੋ ਮੁਝੇ ਯਾਦ ਨਹੀਂ ਹੈ ਬਸ ਐਸਾ ਲਗਤਾ ਕਿ ਸੀਖਤੇ ਚਲੋ ਜਿਵੇਂ ਕਿਹਾ ਜਾਂਦਾ ਹੈ ਕਿ ਇੱਕ ਪੇੜ ਮੇਂ ਬਹੁਤ ਸੀ ਬਾਰਿਸ਼ੋ ਕਾ ਪਾਣੀ ਹੋਤਾ ਜੀ ਅਤੇ ਇਹ ਜੋ ਅੱਜ ਪੇੜ ਅਸੀਂ ਵੇਖ ਰਹੇ ਜੋ ਕਲਾ ਦਾ ਪੇੜ ਮੈਂ ਕਵਾਂਗਾ ਜਿਹਦੇ ਕੋਲੋਂ ਸਾਡੇ ਲਈ ਸਿੱਖਣ ਲਈ ਬਹੁਤ ਕੁਛ ਹੈ ਉਸ ਪੇੜ ਦੇ ਵਿੱਚ ਕਿਹੜੇ ਕਿਹੜੇ ਉਸਤਾਦਾਂ ਦਾ ਕਿਹੜੀ ਕਿਹੜੀ ਬਾਰਿਸ਼ਾਂ ਦਾ ਜਿਹੜਾ ਪਾਣੀ ਹੈ ਉਹ ਸਮਾਇਆ ਹੋਇਆ ਓਹੋ ਜਹਾਂ ਤੱਕ ਉਸਤਾਦੋਂ ਕੀ ਬਾਤ ਕਹੋਗੇ ਤਾਂ ਇਹ ਪੂਰੀ ਪੂਰਾ ਜਹਾਂ ਹੀ ਉਸਤਾਦ ਹੈ ਮੈਂ ਤਾਂ ਪੇੜ ਪੌਦੋਂ ਸੇ ਹੀ ਸੀਖ ਲੈਤਾ ਹੂੰ ਔਰ ਰਾਸਤੇ ਮੇਂ ਜੋ ਜੋ ਮਿਲਤਾ ਹੈ ਕੋਈ ਮੇਰੇ ਉਸ ਤਰ੍ਹਾਂ ਕੇ ਕੋਈ ਉਸਤਾਦ ਨਹੀਂ ਰਹੇ ਕਿ ਜਿਨਕੇ ਪਾਸ ਬੈਠ ਕੇ ਮੈਨੇ ਸ਼ਾਗਿਰਦੀ ਕੀ ਹੋ ਤੋ ਸ਼ਾਗਿਰਦ ਮੈਨੇ ਪੂਰੇ ਜਹਾਂ ਕੀ ਸ਼ਾਗਿਰਦੀ ਕੀ ਹੈ ਕਿ ਹਰ ਜਗ੍ਹਾ ਕਹੀਂ ਨਾ ਕਹੀਂ ਕੁਛ ਨਾ ਕੁਛ ਸਿੱਖਣੇ ਮਿਲ ਜਾਂਦਾ ਹੈ ਮੈਨੂੰ ਉਹ ਤੁਹਾਡਾ ਡਾਇਲੋਗ ਯਾਦ ਆਉਂਦਾ ਸੀ ਫਿਲਮ ਵੀ ਉਹ ਬਾਰ ਬਾਰ ਵੇਖੀ ਸ਼ਹੀਦੇ ਮੁਹੱਬਤ ਬੂਟਾ ਸਿੰਘ ਮੈਂ ਸਾਰੇ ਪਿੰਡ ਦਾ ਰਮਜ਼ਾਨੀ ਸਾਰੇ ਪਿੰਡ ਦਾ ਅਤੇ ਸਾਰਾ ਪਿੰਡ ਮੇਰਾ ਉਹ ਉਹ ਜਿਹੜੀ ਇੱਕ ਖੂਬਸੂਰਤੀ ਨਾਲ ਬੜੀ ਸਾਦਗੀ ਨਾਲ ਤੁਸੀਂ ਕਲਾਕਾਰ ਦੀ ਜਿਹਨੂੰ ਕਹਿੰਦੇ ਉਹਦੇ 'ਚ ਜ਼ਿੰਦਗੀ ਡਿਫਾਈਨ ਕਰਤੀ ਉਹ ਕਹਿਤਾ ਕਿ ਕਲਾਕਾਰ ਵੀ ਸਾਰਾ ਸਾਰਿਆਂ ਦਾ ਹੁੰਦਾ ਅਤੇ ਸਾਰੇ ਕਲਾਕਾਰ ਦੇ ਹੁੰਦੇ ਜੀ 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 ਬਸ ਇਹੀ ਹੈ ਕਲਾਕਾਰ ਕੀ ਇਹੀ ਤੋਂ ਇਹੀ ਤੋਂ ਖੂਬੀ ਹੈ ਜਹਾਂ ਆਪਣੇ ਜ਼ਮੀਨ ਛੋੜ ਦੀ ਜਹਾਂ ਆਪਣੇ ਸਿੱਖਣਾ ਛੋੜ ਦੀ ਪਰ ਕਲਾਕਾਰ ਨਹੀਂ ਹੁੰਦਾ ਫਿਰ ਉਹ ਪਤਾ ਨਹੀਂ ਜਾਂ ਤੋ ਬਿਜ਼ਨਸਮੈਨ ਬਣ ਜਾਂਦਾ ਹੈ ਜਾਂ ਕੋਈ ਦੂਸਰਾ ਰਸਤਾ ਇਖਤਿਆਰ ਕਰ ਲਿਆ ਜੋ ਕਲਾਕਾਰੀ ਕੇ ਹਿੱਸੇ ਮੇਂ ਨਹੀਂ ਆਉਂਦਾ ਉਸ ਨਾਲ ਜੁੜੀਆਂ ਕੁਝ ਯਾਦਾਂ ਤੁਸੀਂ ਸਾਂਝੀਆਂ ਕਰੋਗੇ ਸ਼ਹੀਦੇ ਮੁਹੱਬਤ ਬੂਟਾ ਸਿੰਘ ਕਿਵੇਂ ਉਹ ਫਿਲਮ ਔਰ ਪੰਜਾਬ ਪੰਜਾਬੀ ਫਿਲਮ ਵਿੱਚ ਤੁਹਾਨੂੰ ਵੇਖਣਾ ਆਪਣੇ ਆਪ ਲਈ ਇੱਕ ਬੜੀ ਖੂਬਸੂਰਤ ਗੱਲ ਸੀ ਜੀ ਹਾਂ ਮੈਨੇ ਇੱਕ ਹੀ ਫਿਲਮ ਕੀਤੀ ਉਹ ਗੁਰਦਾਸ ਮਾਨ ਜੀ ਥੇ ਉਸਨੇ ਔਰ ਬੜਾ ਮਜ਼ਾ ਆਇਆ ਉਹ ਫਿਲਮ ਕਰਤੇ ਹੋਏ ਖਾਸ ਤੌਰ 'ਤੇ ਜੋ ਫਿਲਮ ਕਰਤੇ ਵਕਤ ਜੋ ਮਾਹੌਲ ਮਿਲਾ ਮੁਝੇ ਮੇਰੇ ਖਿਆਲ ਸੇ ਮਾਨਿਕਪੁਰ ਸ਼ਰੀਫ ਵਹਾਂ ਵੀ ਸ਼ੂਟ ਕੀਆ ਥਾ ਮੈਨੇ ਉਹ ਮੁਝੇ ਅਭੀ ਤੱਕ ਯਾਦ ਹੈ ਔਰ ਮੁਝੇ ਮੈਂ ਜ਼ਿੰਦਗੀ ਮੈਂ ਕਭੀ ਨਹੀਂ ਭੁੱਲ ਸਕਤਾ ਕਿਉਂਕਿ ਜਬ ਉਸਕੇ ਮਰਨੇ ਬਾਅਦ ਉਸੇ ਦਫਨਾਇਆ ਜਾਤਾ ਤੋ ਉਹੀ ਕਬਰਿਸਤਾਨ ਮੈਂ ਕਬਰ ਖੋਦੀ ਗਈ ਥੀ ਅਤੇ ਕਬਰ ਖੋਦੀ ਤੋਂ ਪਹਿਲੇ ਜੋ ਕਬਰ ਖੋਦੀ ਤੋ ਉਸਮੇ ਕੁਛ ਹੱਡੀਆਂ ਵੱਡੀਆਂ ਨਿਕਲ ਆਈ ਉਸਕੋ ਦਬਾਇਆ ਗਿਆ ਦੂਸਰੀ ਖੋਦੀ ਗਈ ਦੂਸਰੇ ਮੈਂ ਕੁਛ ਨਹੀਂ ਨਿਕਲਾ ਤੋ ਉਹਨੇ ਨੀਚੇ ਕਫਨ ਵਿਛਾ ਦਿਆ ਔਰ ਮੇਰੇ ਸ਼ੋਟ ਕੇ ਲਈ ਮੁਝੇ ਉਸਮੇ ਲਿਟਾ ਦਿਆ ਗਿਆ ਤੋ ਲਿਟਾਨੇ ਕੇ ਬਾਅਦ ਲਾਈਟਿੰਗ ਵਾਈਟਿੰਗ ਵਹਾਂ ਚੱਲ ਰਹੀ ਥੀ ਤੋ ਯਕੀਨ ਮਾਨੀ ਮੇਰਾ 5 ਮਿੰਟ ਮੁਝੇ ਨੀਂਦ ਆ ਗਈ 5 ਮਿੰਟ ਵੀ ਨਹੀਂ ਹੋ ਗਏ ਮੈਂ ਤਾਂ ਸੋ ਗਿਆ ਵਹਾਂ ਪੇ ਤੋ ਮਾਨ ਸਾਹਿਬ ਉਸਕੇ ਬਾਅਦ ਉਨਕਾ ਸ਼ੋਟ ਆਇਆ ਤੋ ਸ਼ੋਟ ਚੱਲੇ ਤੋ ਫਿਰ ਵੋ ਕੁਛ ਮਿੱਟੀ ਡਾਲਤੇ ਹੈ ਜਾਤੇ ਹੋਏ ਤੋ ਮਿੱਟੀ ਉੱਟੀ ਡਾਲ ਰਹੇ ਤੇ ਮਿੱਟੀ ਡਾਲਨੇ ਕੇ ਬਾਅਦ ਸ਼ੋਟ ਖਤਮ ਹੋ ਗਿਆ ਮੈਂ ਤਾਂ ਵਹੀ ਲੇਟਾ ਹੁਆ ਥਾ
तो कहने लगे क्यों भाई अब क्या लेटे रहोगे क्या? मैंने कहा अभी तो पूरी डाल दीजिए, अब ये क्या मिट्टी डाल रहे हो, बड़ा मजा आ रहा है यहाँ लेट के। मिट्टी नाल तुसी जुड़े हुए कलाकार भी, मिट्टी नाल जुड़े इंसान भी हो, तो मिट्टी नाल जुड़ी एक होर गल याद आती है, तुसी उदो तो कहा कि महंगाई डायन खाए जाते हैं, अज जो महंगाई डायन के रूप में है या अज कुछ होर डायन है जो खा रही है? नहीं जी, जिस दिन से वो गाना गाया मैंने गाना बंद कर दिया है, इसीलिए कि जब से गाना गाया महंगाई और ज्यादा बढ़ गई है जी। तो आप गाने के लिए मत कह दीजिए, नहीं और ज्यादा आ जाएगी। सब लोग पैसों के पीछे भाग रहे हैं, पैसा कमाने के चक्कर में हैं, तो इस वजह से हमारे जो कला और ये वो भी थोड़ी सी ओझल होते चली जा रही। मसलन म्यूज़िक को ले लीजिए, म्यूज़िक भी धीरे धीरे ओझल होते चला है, क्योंकि इतना ज़्यादा ये जो टेक्नोलॉजी आ गई है वो तो रूह ख़त्म होते चली जा रही। तुझे म्यूज़िक का जिक्र किया था, म्यूज़िक तो उसे बहुत सारे इंस्ट्रूमेंट भी बजा लेते हो आप, म्यूज़िक नाल बहुत गूढ़े तौर पर तुम जुड़े हुए हो, तो केड़ा म्यूज़िक अज है या केड़े गीत ने जो तुहानू रूहदारी का एहसास जोड़ा वो दवाते हैं या रूह नूं खुश कर देने? काफ़ी एक्चुअली आजकल का म्यूज़िक तो मुझे बहुत कम ही है। मैं पुराने नज़ाकत अली, सलामत अली और हुसैन बख्श और इन लोगों को सुनता रहता हूँ, तो आज का म्यूज़िक जो ख़ासतौर पर फिल्मी म्यूज़िक जो हो गया है वो दो दिन के लिए ठीक लगता है और उसके बाद पुराना ओझल होने लग जाता है, क्योंकि म्यूज़िक में पहले ज़माने में अल्फाज हुआ करते थे, अल्फाजों पे काम हुआ करता था, अल्फाजों के हिसाब से म्यूज़िक हुआ करता था। आज तो म्यूज़िक के हिसाब से अल्फाज लिखे जाने ले तो म्यूज़िक म्यूज़िक रह गया है, और म्यूज़िक इतना लाउड होता है, इतना शोर शराबा होता है कि एक्चुअली टेक्नोलॉजी इतनी गलत तरीके से हावी होते चली जा रही कि म्यूज़िक ओझल होते चला जा रहा है। आजकल लोग बड़ा स्ट्रगल की गल करते हैं कि मैं इन्ना स्ट्रगल किया, उन्ना स्ट्रगल किया, पर असल दे विच तुसी स्ट्रगल कीता है ते स्ट्रगल नू वेख्या, तुहाडे लिहाज नाल स्ट्रगल है कि? जी मेरे लिए तो कोई, मैंने तो आज तक स्ट्रगल नहीं किया, कभी स्ट्रगल की ही नहीं। क्या है कि अगर आप स्ट्रगल किसी चीज़ को मानते हैं तो स्ट्रगल वहाँ से शुरू होता है जब आप पहली क्लास में आपका नाम लिखाया जाता है और स्कूल की जो घंटी बजती है वहाँ से स्ट्रगल आपका शुरू हो जाता है। अगर आप उसको स्ट्रगल कहते हैं तो आप स्कूल मत जाइए, बैठे रहिए घर में, आप सीखने मत जाइए। आप सीखने को स्ट्रगल कह रहे हैं, आप बगैर स्ट्रगल कर कैसे सीख सकते हैं? अगर आप स्ट्रगल से डरते हैं, आप उन्हें स्ट्रगल नाम दे दिया, मेहनत को स्ट्रगल कहते हैं आप, है? वक्त ज़ाया करने को स्ट्रगल कहते हैं। तो मैं तो कभी स्ट्रगल नहीं मानता। ईश्वर ने दो हाथ दिए, दो पैर दिए, दिमाग दिए, आँखें दिए, कान दिए, सब कुछ दिए, सुनना सब कुछ है आपके पास में, तो आप उसको स्ट्रगल क्यों करिए ना, उनसे काम लीजिए ना। कोई अजिहिया जिंदगी दिया तकलीफा जिन्ना तो तुसी सीखिया और बाद में जाके एहसास होया कि नहीं ये तकलीफ भी जरूरी सी? सारा कुछ मैं एक्चुअली मैं हायर सेकेंडरी करने के बाद घर छोड़ के भाग गया था, भागा नहीं था, निकल आया था घर से यही तकलीफ में झेलने के लिए। फिर मैंने एक नाटक कंपनी ज्वाइन कर ली, पारसी थिएटर कहलाता था, जो अब तो ख़त्म हो गए। तो 6 साल बिल्कुल खानाबदोशों की तरह रहा हूँ मैं, 2.50 रुपये मुझे रोज़ के मिला करते थे, और उसमें मुझे सीखने बहुत मिल रहा था और तकलीफ, रोटी तो सवाल ही नहीं उठती थी कभी। 3-4 महीने में मतलब पूरा पेट तो 1 महीना खाया होगा, बाकी ऐसे रहते। लेकिन वो जो खाली कमियों में, अभावों में जो आदमी सीखता है वो बाद में कहीं नहीं है, वो गलीचों पर कोई चीज़ नहीं सीख सकते। चल सर, ऐसी उम्मीद यही करते हैं कि और असी भी नहीं, मैंने लगता सारे ही उम्मीद करते हैं कि आपका हौसला यूं ही बुलंद रहे, यूं ही कायम रहे, क्योंकि ये दिया आज भी कई आंधियों पर भारी है। बहुत बहुत शुक्रिया। शुक्रिया।